ਵੱਖ ਵੱਖ ਕਹਿ ਸਕਦੇ ਹਾਂ ਕਿ ਮਥੁਰਾ ਦੀ ਅਸੀਂ ਗੱਲ ਕਰ ਲਈ, ਵਰਿੰਦਾਵਨ ਦੀ ਅਸੀਂ ਗੱਲ ਕਰ ਲਈ, ਚੰਡੀਗੜ੍ਹ ਦੇ ਸੈਕਟਰ 20 ਮੱਠ ਮੰਦਿਰ ਅਸੀਂ ਮੌਜੂਦ ਹਾਂ। ਚੰਡੀਗੜ੍ਹ ਦੇ ਇਸਕੋਨ ਮੰਦਿਰ ਕਾਫੀ ਰੌਣਕਾਂ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਔਰ ਲੋਕਾਂ ਕਿਉਂਕਿ ਪਾਵਨ ਤਿਉਹਾਰ ਹੈ, ਜਨਮਅਸ਼ਟਮੀ ਦਾ ਤਿਉਹਾਰ ਹੈ, ਔਰ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਸਵੇਰ ਤੋਂ ਹੀ ਕਾਫੀ ਤਾਂਤਾ ਜਿਹੜਾ ਲੱਗਿਆ ਹੋਇਆ, ਔਰ ਮੱਠ ਮੰਦਿਰ ਹੋਵੇ ਔਰ ਇਸਕੋਨ ਮੰਦਿਰ ਹੋਵੇ, ਸਵੇਰ ਤੋਂ ਹੀ ਇੱਥੇ ਕਾਫੀ ਜਿਹੜਾ ਲੋਕਾਂ ਦਾ ਜਿਹੜਾ ਤਾਂਤਾ ਹੈ ਉਹ ਦੇਖਣ ਨੂੰ ਮਿਲਦਾ ਹੈ, ਕਿਸ ਤਰ੍ਹਾਂ ਲੋਕ ਭਗਤੀ ਭਾਵ ਨਾਲ ਸਵੇਰ ਤੋਂ ਹੀ ਇੱਥੇ ਆਉਂਦੇ ਆ। ਔਰ ਇਸ ਮੱਠ ਮੰਦਿਰ ਦੀ ਥੋੜ੍ਹੀ ਜਿਹੀ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਇਹਨੂੰ ਸਜਾਇਆ ਜਾਂਦਾ। ਇਹ ਮੱਠ ਮੰਦਿਰ ਸੈਕਟਰ 20 ਦਾ ਹੈਗਾ ਚੰਡੀਗੜ੍ਹ ਦਾ, ਬਹੁਤ ਹੀ ਵੱਡਾ ਮੰਦਿਰ ਔਰ ਬਹੁਤ ਹੀ ਇਤਿਹਾਸਿਕ ਮੰਦਿਰ ਹੈ, ਔਰ ਤਸਵੀਰਾਂ ਤੁਸੀਂ ਵੇਖੋ, ਇੱਕ ਅਲੌਕਿਕ ਦਰਸ਼ਨ ਮੱਠ ਮੰਦਿਰ ਦੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਇਤਿਹਾਸ ਇਹਦਾ ਜੁੜਿਆ ਹੋਇਆ ਮੱਠ ਮੰਦਿਰ ਦਾ। ਅਸੀਂ ਗੱਲ ਕਰ ਲਈਏ ਕਿਉਂਕਿ ਕਈ ਇੱਥੇ ਦੇ ਜਿਹੜੇ ਪਿਛਲੇ ਪੁਰਾਣੇ ਇੱਕ ਪੰਡਿਤ ਨੇ ਉਹ ਵੀ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਜਿਹੜਾ ਇੱਥੇ ਦਾ ਇਤਿਹਾਸ ਜਿਹੜਾ ਹੈ ਔਰ ਜਨਮਅਸ਼ਟਮੀ ਦਾ ਜਿਹੜਾ ਤਿਉਹਾਰ ਹੈ ਉਹ ਕਿਸ ਤਰ੍ਹਾਂ ਮਨਾਇਆ ਜਾਂਦਾ, ਕਿਸ ਤਰ੍ਹਾਂ ਦਾ ਮਹੱਤਵ ਹੈ, ਇਹ ਬਹੁਤ ਜ਼ਰੂਰੀ ਹੋ ਜਾਂਦਾ ਜਿਸ ਨੂੰ ਲੈ ਕੇ ਅੱਜ ਦੇ ਜਿਹੜੇ ਲੋਕ ਨੇ ਔਰ ਜਿਹੜੇ ਸਵੇਰ ਤੋਂ ਹੀ ਜਿਹੜੇ ਭਗਤਜਨ ਨੇ ਉਹ ਇੱਥੇ ਜੁੜਦੇ ਨੇ। ਅਤੇ ਇੱਥੇ ਇਹ ਤੁਸੀਂ ਜਿਹੜੀ ਪੂਰੀ ਫੁੱਲਾਂ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਸਜਾਇਆ ਗਿਆ, ਵੱਖ ਵੱਖ ਜਿਹੜੇ ਮਲੇਸ਼ੀਆ ਤੋਂ, ਥਾਈਲੈਂਡ ਤੋਂ ਇਹ ਫੁੱਲ ਜਿਹੜੇ ਹੈਗੇ ਮੰਗਾਏ ਜਾਂਦੇ ਨੇ ਅਤੇ ਇਹਨਾਂ ਨੂੰ ਬੜੇ ਹੀ ਉਹਦੇ ਨਾਲ ਸਜਾਇਆ ਜਾਂਦਾ, ਔਰ ਕਾਫੀ ਮਹੀਨਾ ਡੇਢ ਮਹੀਨਾ ਤੋਂ ਹੀ ਇਹਦੀ ਸ਼ੁਰੂਆਤ ਜਿਹੜੀ ਹੈ ਹੋ ਜਾਂਦੀ ਹੈ। ਸਾਡੇ ਨਾਲ ਪੰਡਿਤ ਜੀ ਜੁੜੇ ਨੇ ਇੱਥੇ ਮੱਠ ਮੰਦਿਰ ਦੇ, ਔਰ ਕਿਸ ਤਰ੍ਹਾਂ ਦੀ ਵਿਸ਼ੇਸ਼ਤਾ ਪੰਡਿਤ ਜੀ, ਕਿਉਂਕਿ ਅੱਜ ਕਾ ਦਿਨ ਬਹੁਤ ਹੀ ਪਾਵਨ ਹੈ, ਸੁਬਹਾ ਸੇ ਹੀ ਲੋਕੋ ਕਾ ਤਾਂਤਾ ਦੇਖਣੇ ਕੋ ਮਿਲ ਰਹਾ ਹੈ, ਕਿਸ ਤਰ੍ਹਾਂ ਸੇ ਆਜ ਕਾ ਮਹੱਤਵ? ਸਬਸੇ ਪਹਿਲੇ ਚੰਡੀਗੜ੍ਹ ਕੇ ਸਭੀ ਭਕਤੋਂ ਕੋ ਸ਼੍ਰੀ ਚੈਤਨਿਆ ਗੁੜੀ ਮੱਠ ਮੰਦਿਰ ਕੀ ਤਰਫ ਸੇ ਜਨਮਾਸ਼ਟਮੀ ਕੀ ਬਹੁਤ ਬਹੁਤ ਵਧਾਈ ਹੋ। ਪਿਛਲੇ 60 ਸਾਲ ਸੇ ਯਹਾਂ ਭਕਤ ਲੋਕ ਭਗਵਾਨ ਜਨਮਾਸ਼ਟਮੀ ਕੇ ਦਰਸ਼ਨ ਕਰਨੇ ਆ ਰਹੇ ਹੈ। ਹਮ ਯਹਾਂ ਝਾਂਕੀਆਂ ਬਨਾਤੇ ਹੈ ਕ੍ਰਿਸ਼ਨ ਲੀਲਾ ਕੀ, ਹਰ ਸਾਲ ਨਈ ਨਈ ਝਾਂਕੀਆਂ ਆਤੀ ਹੈ, ਬੰਗਾਲ ਸੇ ਕਲਾਕਾਰ ਆਤੇ ਹੈ, ਇਸ ਸਾਲ ਵੀ ਬਨੀ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਕੀ ਬਾਲ ਲੀਲਾਏ, ਕਿਸ ਪ੍ਰਕਾਰ ਉਨਕਾ ਕੰਸ ਕੇ ਕਾਰਾਗਾਰ ਮੇ ਜਨਮ ਹੁਆ, ਕਿਸ ਪ੍ਰਕਾਰ ਵੋ ਗੋਕੁਲ ਲੈ ਗਏ, ਕਿਸ ਪ੍ਰਕਾਰ ਉਹਨੇ ਗੋਚਾਰਨ ਲੀਲਾ ਕੀ, ਕਿਸ ਤਰ੍ਹਾਂ ਅਸੁਰੋਂ ਕਾ ਵਧ ਕੀਆ, ਪੂਤਨਾ ਕਾ ਵਧ, ਬਕਾਸੁਰ, ਅਘਾਸੁਰ, ਇਹ ਸਾਰੀ ਲੀਲਾ ਯਹਾਂ ਪੇ ਚੰਡੀਗੜ੍ਹ ਕੇ ਮੱਠ ਮੰਦਿਰ ਮੇ ਹਰ ਸਾਲ ਦਿਖਾਈ ਜਾਤੀ ਹੈ, ਹਰ ਸਾਲ ਨਹੀਂ ਬਣਾਈ ਜਾਤੀ ਹੈ। ਔਰ ਸਭਸੇ ਬੜੀ ਬਾਤ ਹੈ, ਜਨਮਾਸ਼ਟਮੀ ਪੂਰੇ ਭਾਰਤ ਕੋ ਜੋੜਤੀ ਹੈ, ਕੋਈ ਵੀ ਕਿਸੀ ਵੀ ਬੈਕਗਰਾਊਂਡ ਕਾ ਵਿਅਕਤੀ ਹੋ, ਲੇਕਿਨ ਭਗਵਾਨ ਸ਼੍ਰੀ ਕ੍ਰਿਸ਼ਨ ਕੀ ਜਨਮਾਸ਼ਟਮੀ ਸਭ ਪ੍ਰਸੰਨ ਹੈ, ਕਿਸੀ ਵੀ ਧਰਮ ਕਾ ਜੋ ਵਿਅਕਤੀ ਹੋ, ਕੋਈ ਵੀ ਹੋ, ਲੇਕਿਨ ਆਜ ਕਾ ਜੋ ਦਿਨ ਹੈ ਵੋ ਹਰ ਕਿਸੀ ਕੋ ਜੋੜਤਾ ਹੈ, ਉਸਕੇ ਲੀਏ ਹਿਰਦੇ ਮੇ ਉਲਾਸ ਹੈ, ਪ੍ਰਸੰਨਤਾ ਹੈ। ਆਪ ਦੇਖੇਂਗੇ ਬੱਚੇ ਬਾਲ ਗੋਪਾਲ ਬਣ ਕੇ ਆ ਰਹੇ ਹੈ, ਮਾਂ ਬਾਪ ਉਨਕੋ ਸਜਾ ਸਜਾ ਕੇ ਕ੍ਰਿਸ਼ਨ ਹੱਥ ਮੇ ਬਾਂਸੁਰੀ ਦੇ ਕੇ ਔਰ ਸੁੰਦਰ ਪੀਲੀ ਡਰੈਸ ਪਹਿਨਾ ਕੇ ਲਾ ਰਹੇ ਹੈ, ਤੋ ਯੇ ਚੀਜ਼ੇ ਬਤਾਤੀ ਹੈ ਕਿ ਬੱਚੋਂ ਕੇ ਅੰਦਰ ਕਿਤਨਾ ਆਨੰਦ ਹੈ, ਔਰ ਲੋਕ ਇਸਕੋ ਸੈਲੀਬ੍ਰੇਟ ਕਰਨਾ ਚਾਹਤੇ ਹੈ, ਕਿਉਂਕਿ ਹਰ ਜੀਵਾਤਮਾ ਕਾ ਸੰਬੰਧ ਭਗਵਾਨ ਕੇ ਸਾਥ ਹੈ, ਆਤਮਾ ਔਰ ਪਰਮਾਤਮਾ ਹਮਾਰੇ ਅੰਦਰ ਹੀ ਹੈ, ਤੋ ਜਬ ਪਰਮਾਤਮਾ ਕਾ ਆਜ ਜਨਮ ਦਿਨ ਹੈ ਤੋ ਆਤਮਾ ਤੋ ਸੁਖ ਸਮ੍ਰਿਧੀ ਕੋ ਪ੍ਰਾਪਤ ਕਰੇਗੀ, ਆਟੋਮੈਟਿਕ ਆਤਮਾ ਪ੍ਰਫੁੱਲਿਤ ਹੈ, ਕਿਸੀ ਕੋ ਪਤਾ ਨਹੀਂ ਚਲਦਾ ਹੈ ਕਿ ਮੈਂ ਇਤਨਾ ਖੁਸ਼ ਕਿਉਂ ਹਾਂ, ਤੋ ਉਹ ਖੁਸ਼ੀ ਕਾਰਨ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਕਾ ਪਰਾਦੁਰਭਾਵ। ਔਰ ਆਪ ਦੇਖੀਏ ਪੂਰੇ ਵਰਲਡ ਮੇਂ ਇਹ ਇੱਕ ਐਸਾ ਤਿਉਹਾਰ ਹੈ ਜੋ ਪਿਛਲੇ 5000 ਸਾਲ ਸੇ ਵੀ ਜ਼ਿਆਦਾ ਸੇ ਮਨਾਇਆ ਜਾ ਰਿਹਾ ਹੈ ਹਰ ਸਾਲ, ਯਾਨੀ ਕਿ ਇਸ ਬਾਰ ਅਗਰ ਹਮ ਬਾਤ ਕਰੇ ਤੋ 5251ਵਾਂ ਜਨਮਅਸ਼ਟਮੀ ਹੋ ਰਿਹਾ ਹੈ। ਔਰ ਆਪ ਦੇਖੋ ਜਬ ਤੱਕ ਇਹ ਸੰਸਾਰ ਰਹੇਗਾ ਭਗਵਾਨ ਸ਼੍ਰੀ ਕ੍ਰਿਸ਼ਨ ਕੀ ਜਨਮਅਸ਼ਟਮੀ ਕੋ ਹਮ ਐਸੇ ਹੀ ਮਨਾਤੇ ਰਹੇਂਗੇ, ਕਿਉਂਕਿ ਬਾਤ ਇਹ ਹੈ ਕਿ ਭਗਵਾਨ ਨੇ ਗੀਤਾ ਮੇਂ ਕਿਹਾ ਜਨਮ ਕਰਮ ਚ ਮੇ ਦਿਵਯਮ, ਮੇਰਾ ਜਨਮ ਔਰ ਕਰਮ ਦੋਨੋਂ ਦਿਵਯ ਹੈ, ਇਹ ਹਮਾਰੇ ਮਨੁਸ਼ੋ ਕੀ ਤਰ੍ਹਾਂ ਨਹੀਂ ਹੈ, ਕਿਉਂਕਿ ਭਗਵਾਨ ਨੇ
एक आम बच्चे की तरह, साधारण बालक की तरह जन्म नहीं लिया, वो चतुर्भुज बालक के रूप में, एक रोशनी के रूप में कंस के कारागार में प्रकट हुए। जब देवकी मैया वसुदेव जी वहां अरेस्टेड थे, कंस के द्वारा सताए गए थे, तो उनकी पुकार पे भगवान प्रकट हुए। तो देवकी वसुदेव ने उनकी कृपा प्रार्थना की, तो वो छोटे से बालक बन के रोने लगे और सारे दरवाजे खुल गए, पहरेदार सब सो गए, मूसलाधार बारिश हो रही है, शेषनाग आ गए शैया करने, और वसुदेव जी उनको सिर पे धारण करके वहां से यमुना पार करके गोकुल चले गए। नंद बाबा के यहाँ यशोदा मैया के बगल में रखा और उनकी नवजात जो कन्या है उसको लेके वापस आए। जिस कन्या को कंस ने समझा कि ये आठवां बच्चा पैदा हुआ, उसको मारने की कोशिश की, वो कन्या उसके हाथ से छूटी और अष्टभुजा देवी मैया, योग माया देवी के रूप में उसने आकाशवाणी की कि तुम जिसको मार रहे हो वो नहीं, तुम्हें मारने वाला पैदा हो चुका है, तैयार रहो। बहुत बड़ा इतिहास है आज के दिन पंडित जी, बहुत जो राक्षस हैं, कंस हैं, जो बड़े राक्षस हैं, उनका भी वध जो है वो किया गया। जी हाँ, देखिए राक्षस जो है वो है अंधेरा, डार्कनेस, और हमारे गुरु महाराज जी श्रीला भक्ति वल्लभ तीर्थ गोस्वामी महाराज कहते हैं कि प्रहलाद भी हमारे अंदर है, हिरण्यकशिपु भी हमारे अंदर है। प्रहलाद है भक्ति और हिरण्यकशिपु है जो हमारे अंदर आसुरिक प्रवृत्तियां हैं। आज आसुरिक प्रवृत्तियां क्या है मैं आपको बताता हूँ। ये जो नशे हैं, ये जो गंदे काम हैं, और जो बुराई की तरफ जाना है, और जो व्यक्ति आज आप गंदी गंदी न्यूज़ें सुन रहे हैं, हर रोज कुछ ना कुछ गलत हो रहा है, ये आसुरिक प्रवृत्तियां हैं। इसको मिटाने के लिए भगवान श्री कृष्ण का आविर्भाव है, और हमारे अंदर उनको हम आवाहन करें और इन आसुरिक शक्तियों को दूर भगाएं। आज जन्माष्टमी के दिन यही हमारे सबसे बड़ा, यानी कि यही आज का एक कह सकते हैं कि एक प्रण होता है, कि जो संकल्प होता है कि इन जो बुराइयां हैं, जो करप्शन है या नशे की आपने बात की, उसको किस तरह से दूर किया जाए। एटलीस्ट मेरे से, मेरे अंदर नहीं होनी चाहिए। मेरे को कहते ना, स्वीप बिफोर योर ओन डोर द होल वर्ल्ड विल बी क्लीन। अपने आप अपने घर के आगे झाड़ू मारो, दुनिया साफ हो जाएगी। दुनिया की चिंता मत करो जी। आप अपने हृदय से आसुरिक प्रवृत्तियों को भगाइए। क्यों इस मनुष्य जन्म को, दुर्लभ मनुष्य जन्म है। भगवान ने गीता में कहा दुर्लभम मनुष्य जन्म, ये बड़ी मुश्किल से मिला मनुष्य जन्म, वो भारत भूमि में जन्म मिला। और अगर आपको संतों का आशीर्वाद मिल गया तो सोने पे सुहागा हो गया, और अब आपको अथा तो ब्रह्म जिज्ञासा, हु एम आई, मैं कौन हूं, इसका प्रयास इसी जन्म में करना है। आत्मज्ञान को प्राप्त करना है, मरने से पहले भगवत प्राप्ति करनी है, इसी जन्म में करनी है, उसके लिए जन्माष्टमी। ये बहुत बहुत कह सकते हैं कि काफी चीजा नु लैके जिहड़ा हैगा कि आखिर अज दा जिहड़ा जन्माष्टमी दा त्यौहार है वह क्यों मनाया जाता है, और 5000 साल तो भी लगातार जिहड़ा हैगा अज दा दिन इस तरह दा है। कोई भी धर्म, जिदा पंडित जी ने भी दस्या कि किसी भी तरह दा, कोई भी धर्म दा कोई भी व्यक्ति होवे, अज दा दिन बहुत ही धूमधाम दा मनाया जाता है। और अज दा मकसद की है कि जिहड़ी भी ਜਿਹੜੇ ਕਰਪਸ਼ਨ ਨੇ, ਨਸ਼ੇ ਨੇ ਜਾਂ ਹੋਰ ਬੁਰਾਈਆਂ ਨੇ, ਉਸ ਨੂੰ ਕਿਸ ਤਰ੍ਹਾਂ ਮਿਟਾਇਆ ਜਾਵੇ। ਆਪਣੇ ਆਪ ਨੂੰ ਇੱਕ ਸੰਕਲਪ ਲੈਣਾ
ਲੈਣਾ ਚਾਹੀਦਾ, ਆਪਣੇ ਆਪ ਇੱਕ ਸੰਕਲਪ ਲੈਣਾ ਚਾਹੀਦਾ ਕਿ ਮੈਂ ਠੀਕ ਹਾਂ, ਮੈਂ ਆਪਣੇ ਘਰ 'ਚ ਸਫਾਈ ਰੱਖਾਂ, ਦੂਜਿਆਂ ਤੋਂ ਮੈਂ ਕੀ ਲੈਣਾ, ਪਹਿਲਾਂ ਆਪਣੇ ਆਪ ਨੂੰ ਠੀਕ ਕਰਾਂ। ਇਹ ਬਹੁਤ ਸਾਰੀ ਚੀਜ਼ਾਂ ਨੇ ਹਰਪਜੋਤ, ਔਰ ਤੁਸੀਂ ਦੇਖੋ ਕਿ ਪੂਰਾ ਜਿਹੜਾ ਇੱਥੇ ਲੋਕਾਂ ਦਾ ਜਿਹੜਾ ਭਗਤੀਮੇ ਦੇਖਣ ਨੂੰ ਮਿਲ ਰਿਹਾ, ਕਿਸ ਤਰ੍ਹਾਂ ਲੋਕ ਭਗਤੀਮੇ ਤਰੀਕੇ ਦੇ ਨਾਲ ਅੱਜ ਇਹ ਪੂਰਾ ਕਰਦੇ ਨਜ਼ਰ ਆ ਰਹੇ ਨੇ, ਪੂਰਾ ਦਰਸ਼ਨ ਕਰਦੇ ਨਜ਼ਰ ਆ ਰਹੇ ਨੇ, ਆਸ਼ੀਰਵਾਦ ਨਜ਼ਰ ਆ ਰਹੇ ਨੇ, ਔਰ ਸਵੇਰ ਤੋਂ ਹੀ ਅੱਜ ਕਹਿ ਸਕਦੇ ਹੈ, ਔਰ ਅੱਜ ਥੋੜ੍ਹੀ ਦੇਰ ਬਾਅਦ ਹੋਰ ਵੀ ਜਿਹੜਾ ਲਗਾਤਾਰ ਰਸ਼ ਵੱਧਦਾ ਜਾ ਰਿਹਾ, ਲਗਾਤਾਰ ਭਗਤੀਮੇ ਤਰੀਕੇ ਦੇ ਨਾਲ ਪੂਰਾ ਲੋਕ ਜਿਹੜੇ ਹੈਗੇ ਉਹ ਇੱਥੇ ਪਹੁੰਚ ਰਹੇ ਨੇ। ਮੱਠ ਮੰਦਿਰ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਇਸਕੌਨ ਮੰਦਿਰ ਦੀ ਗੱਲ ਕਰ ਲਈਏ, ਵੱਖ ਵੱਖ ਮੰਦਿਰਾਂ ਦੇ ਵਿੱਚ ਕਾਫੀ ਭੀੜ ਭਾੜ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ, ਔਰ ਸਵੇਰ ਤੋਂ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਜ਼ਿਆਦਾ ਜਿਹੜਾ ਭਗਤੀਮੇ ਤਰੀਕੇ ਦੇ ਨਾਲ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਰਾਮ।